ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਆਪਣੇ ਯੂਟਿਊਬ ਚੈਨਲ ਵਿੱਚ ਜਿਹਦਾ ਨਾਮ ਐਵਰੇਜ ਟਾਈਮ ਸਟੱਡੀ। ਅੱਜ ਅਸੀਂ ਤੁਹਾਨੂੰ 8 ਦਸੰਬਰ ਨੂੰ ਹੋਣ ਵਾਲੇ ਸੀਟੈਟ ਦੇ ਐਗਜ਼ਾਮ ਦੀ ਪੰਜਾਬੀ ਦੇ ਸੈਕਿੰਡ ਭਾਗ ਦੀ ਆਨਸਰ ਕੀ ਦੇਣ ਜਾ ਰਹੇ ਹਾਂ। ਤਾਂ ਅਗਰ ਚੈਨਲ 'ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਤਾਂ ਸ਼ੁਰੂ ਕਰਦੇ ਹਾਂ ਪਹਿਲਾ ਕੁਐਸਚਨ। ਦੇਖੀਏ, ਸਮਾਜ ਦੇ ਵਫ਼ਾਦਾਰ ਵਜੋਂ ਚੂਚਕ ਹੇਠ ਲਿਖਿਆਂ ਵਿੱਚੋਂ ਕੀ ਨਹੀਂ ਕਰਦਾ? ਇਹਦਾ ਰਾਈਟ ਆਨਸਰ ਹੈ ਬੀ, ਰਾਂਝੇ ਦੇ ਕਤਲ ਦੀ ਸਾਜਿਸ਼ ਰਚਨਾ। ਕੁਐਸਚਨ ਨੰਬਰ 122, ਗੱਲ ਮੁਸ਼ਕਿਲ ਹੈ ਵਾਕ ਵਿੱਚ ਹੋ ਜਾਂਦੀ ਹੈ ਕੀ ਹੈ? ਇਹਦਾ ਰਾਈਟ ਆਨਸਰ ਹੈ ਡੀ, ਕ੍ਰਿਆ ਵਾਕਾਂਸ਼। ਪ੍ਰਸ਼ਨ ਨੰਬਰ 123, ਗੋਲੀਆਂ ਸ਼ਬਦ ਦੇ ਪੈਰੇ ਤੇ ਸੰਦਰਭ ਵਿੱਚ ਅਰਥ ਹੈ? ਇਹਦਾ ਸਹੀ ਆਨਸਰ ਆ ਸੀ, ਨੌਕਰ। ਪ੍ਰਸ਼ਨ ਨੰਬਰ 124, ਕੈਦੋ ਹੀਰ ਦੀ ਸ਼ਿਕਾਇਤ ਕਿਸ ਕੋਲ ਲਗਾਉਂਦਾ ਹੈ? ਇਹਦਾ ਸਹੀ ਆਨਸਰ ਹੈ ਸੀ, ਚੂਚਕ ਕੋਲ। ਕੁਐਸਚਨ ਨੰਬਰ 125, ਚੂਚਕ ਦੇ ਦਿਲ ਵਿੱਚ ਕਿਸ ਦੇ ਨੇ ਵਿਰੋਧੀ ਪ੍ਰੇਰਨਾਵਾਂ ਦਾਖਲ ਕੀਤੀਆਂ ਹਨ? ਇਹਦਾ ਸਹੀ ਆਨਸਰ ਹੈ ਬੀ, ਨਿਜ਼ਾਮ ਨੇ। ਕੁਐਸਚਨ ਨੰਬਰ 126, ਕਿਸ ਦੇ ਪ੍ਰਭਾਵ ਹੇਠ ਚੂਚਕ ਕੁਆਰੀ ਦਾ ਦੋਸਤੀ ਲਾਉਣਾ ਗੁਨਾਹ ਸਮਝਦਾ ਹੈ? ਇਹਦਾ ਸਹੀ ਆਨਸਰ ਹੈ ਚੌਥਾ, ਸਮਾਜਿਕ ਮੁੱਲਾਂ ਦੇ। ਪ੍ਰਸ਼ਨ ਨੰਬਰ 127, ਚੂਚਕ ਹੀਰ ਦੇ ਇਸ਼ਕ ਪ੍ਰਤੀ ਸੁਹਿਰਦਤਾ ਵਿਖਾਉਂਦਾ ਕੀ ਕੁਝ ਕਰਦਾ ਹੈ? ਇਹਦਾ ਸਹੀ ਆਨਸਰ ਹੈ ਪਹਿਲਾ, ਦੋਹਾਂ ਦੇ ਵਿਆਹ ਬਾਰੇ ਪੰਚਾਂ ਨਾਲ ਸਲਾਹ ਕਰਦਾ ਹੈ। ਕੁਐਸਚਨ ਨੰਬਰ 128, ਹੀਰ ਦੀ ਕਥਾ ਦਾ ਅੰਤ ਹੈ? ਇਹਦਾ ਸਹੀ ਆਨਸਰ ਹੈ ਤੀਜਾ, ਹੀਰ ਦੀ ਮੌਤ। ਆਪਣੇ 128 ਕੁਐਸਚਨ ਪੂਰੇ ਹੋ ਗਏ ਨੇ, ਜਿਹੜੇ ਕਿ ਪਹਿਲੇ ਪੈਰੇ 'ਚ ਪੁੱਛੇ ਗਏ ਸੀ। ਹੁਣ ਆਪਾਂ ਚੱਲਦੇ ਹਾਂ ਦੂਸਰੇ ਪੈਰੇ ਵੱਲ। ਆਹ ਦੂਸਰਾ ਪੈਰਾ ਤੁਸੀਂ ਵੀਡੀਓ ਪਾਊਜ਼ ਕਰਕੇ ਪੈਰੇ ਨੂੰ ਰੀਡ ਕਰ ਸਕਦੇ ਹੋ। ਹੁਣ ਆਪਾਂ ਦੂਸਰੇ ਪੈਰੇ ਦੇ ਪ੍ਰਸ਼ਨ ਸ਼ੁਰੂ ਕਰਦੇ ਹਾਂ। ਦੇਖੋ ਕੁਐਸਚਨ ਨੰਬਰ 129, ਸ਼ਰਈ ਲੋਕਾਂ ਤੋਂ ਭਾਵ ਹੈ? ਇਹਦਾ ਸਹੀ ਆਨਸਰ ਹੈ ਚੌਥਾ, ਇਸਲਾਮ ਦੇ ਬਾਹਰੀ ਚਿੰਨ੍ਹਾਂ ਨੂੰ ਕੱਟੜਤਾ ਦੀ ਹੱਦ ਤੱਕ ਧਾਰਨ ਕਰਨ ਵਾਲੇ। ਪ੍ਰਸ਼ਨ ਨੰਬਰ 130, ਸ਼ੁਰੂ ਸ਼ੁਰੂ ਵਿੱਚ ਇਹ ਗੀਤ ਸੂਫੀ ਲੋਕਾਂ ਨੇ ਹੀ ਵਰਤਿਆ, ਵਾਕ ਵਿੱਚ ਇਹ ਹੈ? ਇਹਦਾ ਸਹੀ ਆਨਸਰ ਹੈ ਦੂਜਾ, ਪ੍ਰਣਾਮ। ਕੁਐਸਚਨ ਨੰਬਰ 131, ਕਾਫ ਕਾਵ ਰੂਪ ਦੀ ਵਧੇਰੇ ਵਰਤੋਂ ਕਿਹਨਾਂ ਨੇ ਕੀਤੀ? ਇਹਦਾ ਸਹੀ ਆਨਸਰ ਹੈ ਦੂਜਾ, ਸੂਫੀ ਫਕੀਰਾਂ ਨੇ। ਪ੍ਰਸ਼ਨ ਨੰਬਰ 132, ਸੂਫੀ ਮਤ ਦਾ ਨਿਕਾਸ ਕਿੱਥੇ ਹੋਇਆ ਹੈ? ਇਹਦਾ ਸਹੀ ਆਨਸਰ ਹੈ ਤੀਜਾ, ਈਰਾਨ ਵਿੱਚ। ਪ੍ਰਸ਼ਨ ਨੰਬਰ 133, ਲੇਖਕ ਅਨੁਸਾਰ ਸੈਵਟਿਕ ਨਸਲ ਦੀ ਅਰਬੀ ਵਿਚਾਰਧਾਰਾ ਦਾ ਟਾਕਰਾ ਕਿਸ ਸੱਭਿਅਤਾ ਨਾਲ ਹੋਇਆ? ਇਹਦਾ ਸਹੀ ਆਨਸਰ ਹੈ ਚੌਥਾ, ਆਰਿਆ ਨਸਲ ਦੀ ਈਰਾਨੀ ਨਸਲ ਨਾਲ। ਪ੍ਰਸ਼ਨ ਨੰਬਰ 134, ਰੱਬ ਨਾਲ ਅਭੇਦਤਾ ਦਾ ਅਸੂਲ ਕਿਹਨਾਂ ਨੂੰ ਖਤਰਨਾਕ ਲੱਗਦਾ ਹੈ? ਇਹਦਾ ਸਹੀ ਆਨਸਰ ਹੈ ਪਹਿਲਾ, ਸ਼ਰਈ ਲੋਕਾਂ ਨੂੰ। ਰੱਬੀ ਅਭੇਦਤਾ ਬਾਰੇ ਸੂਫੀ ਲੋਕ ਆਪਣੇ ਖਿਆਲ ਕਿਵੇਂ ਜ਼ਾਹਿਰ ਕਰਦੇ ਹਨ? ਇਹਦਾ ਸਹੀ ਆਨਸਰ ਹੈ ਤੀਜਾ, ਲੁਕਵੇਂ ਢੰਗ ਨਾਲ। ਪ੍ਰਸ਼ਨ ਨੰਬਰ 136, ਭਾਸ਼ਾ ਦੀ ਗ੍ਰਹਿਣਯੋਗਤਾ ਅਤੇ ਭਾਸ਼ਾ ਦੀ ਸਿਖਲਾਈ ਦਰਮਿਆਨ ਹੇਠ ਲਿਖਿਆਂ ਵਿੱਚੋਂ ਕਿਹੜਾ ਬੁਨਿਆਦੀ ਅੰਤਰ ਹੈ? ਇਹਦਾ ਸਹੀ ਆਨਸਰ ਹੈ ਤੀਜਾ, ਰਵਾਨੀ ਅਤੇ ਸ਼ੁੱਧਤਾ। ਪ੍ਰਸ਼ਨ ਨੰਬਰ 137, ਮਾਂ ਬੋਲੀ ਦੀ ਇੱਕ ਸਾਧਨ ਵਜੋਂ ਵਰਤੋਂ ਦੇ ਸੰਬੰਧ ਵਿੱਚ ਇਹਨਾਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ? ਇਹਦਾ ਆਨਸਰ ਸਹੀ ਹੈ ਦੂਜਾ, ਇਹ ਦੂਜੀ ਭਾਸ਼ਾ ਨੂੰ ਅਣਦੇਖੇ ਕਰਨ ਵਿੱਚ ਮਦਦ ਕਰਦੀ ਹੈ। ਪ੍ਰਸ਼ਨ ਨੰਬਰ 138, ਇੱਕ ਬੱਚੇ ਦੀ ਮੁੱਢਲੀ ਪੱਧਰ ਦੇ ਭਾਸ਼ਾਈ ਵਿਕਾਸ ਵਿੱਚ ਇਹਨਾਂ ਵਿੱਚੋਂ ਸਭ ਤੋਂ ਵੱਧ ਮਹੱਤਵਪੂਰਨ ਕੀ ਹੈ? ਇਹਦਾ ਸਹੀ ਆਨਸਰ ਹੈ ਚੌਥਾ, ਭਾਸ਼ਾ ਸੰਪੰਨ ਮਾਹੌਲ। ਪ੍ਰਸ਼ਨ ਨੰਬਰ 139, ਪੋਰਟਫੋਲੀਓ ਇੱਕ ਉਦਾਹਰਣ ਹੈ? ਇਹਦਾ ਆਨਸਰ ਅਜੇ ਤੱਕ ਸਹੀ ਪਤਾ ਨਹੀਂ ਚੱਲਿਆ, ਜਦੋਂ ਪਤਾ ਚੱਲ ਗਿਆ ਇਹਨੂੰ ਅਗਲੀ ਵੀਡੀਓ 'ਚ ਦੱਸ ਦੇਵਾਂਗੇ। ਪ੍ਰਸ਼ਨ ਨੰਬਰ 140, ਕ੍ਰਾਸ ਵਰਡ ਪਜ਼ਲ ਕਿਸ ਨੂੰ ਵਿਕਸਿਤ ਕਰਨ ਵਿੱਚ ਮਦਦਗਾਰ ਹੈ? ਇਹਦਾ ਸਹੀ ਆਨਸਰ ਹੈ ਪਹਿਲਾ, ਸ਼ਬਦਾਵਲੀ। ਪ੍ਰਸ਼ਨ ਨੰਬਰ 141, ਇੱਕ ਬੋਲ ਕਾਰਜ ਦਾ ਮੁਲਾਂਕਣ ਕਰਨ ਸਮੇਂ ਹੇਠ ਲਿਖਿਆਂ ਵਿੱਚੋਂ ਕਿਸ ਦੀ ਲੋੜ ਨਹੀਂ ਹੈ? ਇਹਦਾ ਸਹੀ ਆਨਸਰ ਹੈ ਪਹਿਲਾ, ਸ਼ਬਦ ਕੋਸ਼ ਅਤੇ ਸ਼ਬਦ ਭੰਡਾਰ ਦੀ ਵਰਤੋਂ। ਪ੍ਰਸ਼ਨ ਨੰਬਰ 142, ਇੱਕ ਭਾਸ਼ਾ ਦੀ ਵਰਣਮਾਲਾ ਦੀਆਂ ਆਪਣੀਆਂ ਧੁਨੀਆਂ ਨਾਲ ਸੰਯੋਜਨ ਰਾਹੀਂ ਪੜ੍ਹਤ ਦੇ ਅਧਿਆਪਨ ਦੀ ਇੱਕ ਵਿਧੀ ਹੈ? ਇਹਦਾ ਸਹੀ ਆਨਸਰ ਹੈ ਚੌਥਾ, ਫੋਨਿਕ ਵਿਧੀ। ਪ੍ਰਸ਼ਨ ਨੰਬਰ 143, ਪਾਠ ਪੁਸਤਕ ਤੋਂ
ਅਗੇਰੇ ਜਾਣ ਦਾ ਅਰਥ ਹੈ। ਇਹਦਾ ਸਹੀ ਅੰਸਰ ਹੈ ਤੀਜਾ, ਪਾਠ ਪੁਸਤਕ ਤੋਂ ਵਾਧੂ ਅਧਿਆਪਨ ਸਮੱਗਰੀ ਮੁਹੱਈਆ ਕਰਵਾਉਣਾ। ਪ੍ਰਸ਼ਨ ਨੰਬਰ 144, ਅਧਿਆਪਕ ਤੀਜੀ ਜਮਾਤ ਦੇ ਬੱਚਿਆਂ ਨੂੰ ਲਿਫਾਫਾ ਬਣਾਉਣ ਲਈ ਨਿਰਦੇਸ਼। ਪ੍ਰਸ਼ਨ ਨੰਬਰ 144, ਅਧਿਆਪਕ ਤੀਜੀ ਜਮਾਤ ਦੇ ਬੱਚਿਆਂ ਨੂੰ ਲਿਫਾਫਾ ਬਣਾਉਣ ਲਈ ਨਿਰਦੇਸ਼ ਦਿੰਦਾ ਹੈ ਅਤੇ ਵਿਦਿਆਰਥੀ ਨਿਰਦੇਸ਼ਾਂ ਦੀ ਪਾਲਣਾ ਕਰਦੇ ਹਨ। ਇੱਕ ਭਾਸ਼ਾ ਦੀ ਜਮਾਤ ਵਿੱਚ ਇਹ ਕਾਰਜ ਵਿਦਿਆਰਥੀਆਂ ਦੀ, ਇਹਦਾ ਸਹੀ ਅੰਸਰ ਹੈ ਦੂਜਾ, ਸਿਰਜਣਾਤਮਕਤਾ ਵਧਾਉਣ ਵਿੱਚ ਮਦਦ ਕਰਦਾ ਹੈ। ਪ੍ਰਸ਼ਨ ਨੰਬਰ 145, 343 ਦੋ ਧਾਰਾ ਅਨੁਸਾਰ ਸੰਵਿਧਾਨ ਪ੍ਰਦਾਨ ਕਰਦਾ ਹੈ, ਇਹਦਾ ਸਹੀ ਅੰਸਰ ਹੈ ਚੌਥਾ, ਹਿੰਦੀ ਦੀ ਇੱਕ ਸਹਿਯੋਗੀ ਦਫ਼ਤਰੀ ਭਾਸ਼ਾ ਦੀ ਵਜੋਂ ਵਰਤੋਂ। ਕੁਐਸਚਨ ਨੰਬਰ 146, ਇਹਨਾਂ ਵਿੱਚੋਂ ਕਿਹੜੀ ਇੱਕ ਕਲਾਸਿਕ ਭਾਸ਼ਾ ਦੀ ਕਸੌਟੀ ਨਹੀਂ ਹੈ, ਇਹਦਾ ਸਹੀ ਅੰਸਰ ਹੈ ਪਹਿਲਾ, ਭਾਸ਼ਾ ਸੂਚੀਬੱਧ ਭਾਸ਼ਾ ਨਾਲ ਸੰਬੰਧਿਤ ਨਹੀਂ ਹੋਣੀ ਚਾਹੀਦੀ। ਪ੍ਰਸ਼ਨ ਨੰਬਰ 147, ਸਿੱਖਿਆਰਥੀਆਂ ਦੀਆਂ ਸੁਣਨ ਯੋਗਤਾਵਾਂ ਦਾ ਮੁਲਿਆਂਕਣ ਕੀਤਾ ਜਾ ਸਕਦਾ ਹੈ, ਇਹਦਾ ਸਹੀ ਅੰਸਰ ਹੈ ਚੌਥਾ, ਉਹਨਾਂ ਨੂੰ ਇੱਕ ਕਹਾਣੀ ਸੁਣਾ ਕੇ ਉਸ 'ਤੇ ਆਧਾਰਿਤ ਸਵਾਲ ਪੁੱਛ ਕੇ। ਪ੍ਰਸ਼ਨ ਨੰਬਰ 148, ਪੜ੍ਹਤ ਦੀ ਮੁੱਢਲੀ ਪੱਧਰ 'ਤੇ ਇੱਕ ਅਧਿਆਪਕ ਨੂੰ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਇਹਦਾ ਸਹੀ ਅੰਸਰ ਹੈ ਦੂਜਾ, ਪੜ੍ਹਤ ਦੀ ਸ਼ੁੱਧਤਾ ਉੱਪਰ। ਪ੍ਰਸ਼ਨ ਨੰਬਰ 149, ਸੁਣਨਾ ਅਤੇ ਪੜ੍ਹਨਾ ਹਨ, ਇਹਦਾ ਸਹੀ ਅੰਸਰ ਹੈ ਤੀਸਰਾ, ਗ੍ਰਹਿਣ ਮੂਲਕ ਕੌਸ਼ਲ। ਪ੍ਰਸ਼ਨ ਨੰਬਰ 150, ਅਧਿਆਪਨ ਯੁਵਾ ਲੇਖਕਾਂ ਪ੍ਰਤੀ ਉਹਨਾਂ ਦੀਆਂ ਵਿਅਕਤੀਗਤ ਲੋੜਾਂ ਅਨੁਸਾਰ ਜਵਾਬਦੇਹ ਹੋ ਸਕਦੇ ਹਨ, ਇਹਦਾ ਸਹੀ ਅੰਸਰ ਹੈ ਚੌਥਾ, ਉਹਨਾਂ ਵੱਲੋਂ ਕੀਤੇ ਕੰਮ ਦੇ ਹਵਾਲੇ ਨਾਲ ਵਿਸ਼ੇਸ਼ ਟਿੱਪਣੀਆਂ ਕਰਕੇ ਅਤੇ ਉਹਨਾਂ ਦੇ ਚੰਗੇ ਕੰਮ ਦੀ ਸ਼ਲਾਘਾ ਕਰਕੇ। ਪੰਜਾਬੀ ਦਾ ਦੂਸਰਾ ਭਾਗ ਸੀ ਜਿਹੜਾ, ਉਹਦੇ 30 ਕੁਐਸਚਨ ਪੂਰੇ ਹੋ ਗਏ ਨੇ। ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਉ ਅਤੇ ਚੈਨਲ ਨੂੰ ਕਰ ਦਿਉ ਸਬਸਕ੍ਰਾਈਬ। ਧੰਨਵਾਦ।